ਕੀ ਨਾਮ ਵੀਰ ਜੀ ਤੁਹਾਡਾ ਹਰਪਾਲ ਸਿੰਘ ਵੀਰੇ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਜੀ ਪਿੰਡ ਬਲੇਰਿਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਜੀ ਕੀ ਮਾਮਲਾ ਜਿਹੜਾ ਸਾਡਾ ਦੋ ਤੁਹਾਡੇ ਇੱਕ ਭੈਣ ਆ ਇੱਕ ਵੀਰ ਤੁਹਾਡੇ ਨੂੰ ਸੰਗਲ ਮਾਰ ਕੇ ਰੱਖਿਆ ਗਿਆ ਵੀਰ ਜੀ ਕੀ ਹੈ ਗੱਲ ਸਾਡੀ ਇਹ ਭਾਜੀ 1991 'ਚ ਮੇਰੇ ਡੈਡੀ ਨੂੰ ਅੱਤਵਾਦੀਆਂ ਵੱਲੋਂ ਮਾਰਿਆ ਗਿਆ ਹੈ ਪਤਾ ਨਹੀਂ ਵੀ ਉਹ ਅੱਤਵਾਦ ਕੇ ਪੁਲਿਸ ਦੇ ਲਟੇਰੇ ਕੌਣ ਇੱਕ ਬੈਗ ਨੂੰ ਘੇਰਾ ਪਾ ਕੇ ਅਤੇ ਮੇਰੇ ਡੈਡੀ ਨੂੰ ਮਾਰਤਾ ਅਤੇ ਸਾਡੇ ਘਰ ਨੂੰ ਅੱਗ ਲਾਤੀ ਇਹ ਡਰਦੇ ਮਾਰੇ ਅੰਦਰ ਵੜ ਗਏ ਅਤੇ ਅੰਦਰ ਜੋ ਸੇਕ ਲੱਗਾ ਬਾਹਰ ਨਿਕਲੇ ਉਦੋਂ ਮੇਰੀ ਮਾਂ ਨੂੰ ਅਤੇ ਇਹਨਾਂ ਤਿੰਨੇ ਭੈਣ ਭਰਾ ਸੀ ਇੱਕ ਦੂਜਾ ਮੇਰਾ ਭਰਾ ਸੀ ਇਹਨਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਇਹ ਮਾਤਾ ਦੇ ਉੱਤੇ ਡਿੱਗਦੇ ਰਹੇ ਧੂ ਕੇ ਪਾਸੇ ਕਰ ਦਿੰਦੇ ਇਹਨਾਂ ਨੂੰ ਵੀ ਧੂੰਦੇ ਸਾਂਦੇ ਰਹੇ ਉਦੋਂ ਦਾ ਇਹਨਾਂ ਦਾ ਇਹ ਹਾਲ ਹੋਇਆ ਹੁਣ ਤੱਕ ਇਹ ਸਰਕਾਰ ਨੇ ਸਾਰ ਨਹੀਂ ਲਈ ਅੱਜ ਤੋਂ 5-4 ਸਾਲ ਪਹਿਲਾਂ ਜਦੋਂ ਸਾਡੀ ਪਹਿਲਾਂ ਮੀਡੀਆ ਨੇ ਖਬਰ ਲਾਈ ਉਦੋਂ ਸਾਡੇ ਕਾਂਗਰਸ ਪ੍ਰਧਾਨ ਬੇਟਾ ਸਾਹਿਬ ਬੀਬੀ ਚਾਵਲਾ ਜੀ ਆਏ ਪਰ ਸਾਡੇ ਉਹਨਾਂ ਨੇ ਵੀ ਵਾਅਦੇ ਕੀਤੇ ਕਿ ਅਸੀਂ ਤੁਹਾਨੂੰ ਇੱਕ ਜੀ ਨੂੰ ਨੌਕਰੀ ਦਵਾਵਾਂਗੇ ਜਿਹੜੇ ਅਸੀਂ ਦੋ ਵੱਡੇ ਸਹੀ ਹਾਂ ਅਤੇ ਜਾਂ ਤੁਹਾਡੇ ਕੋਲ ਮਾਲੀ ਸਹਾਇਤਾ ਪਰ ਉਦੋਂ ਪਿਛਲੀ ਸਰਕਾਰ ਕੈਪਟਨ ਦੀ ਵੇਲੇ ਸਾਨੂੰ 50,000 ਰੁਪਇਆ ਸਰਕਾਰ ਵੱਲੋਂ ਮਿਲਿਆ ਬਾਕੀ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ ਕੀ ਮੰਗ ਕਰਦੇ ਜੀ ਅਸੀਂ ਇਹੋ ਹੀ ਕਹਿੰਦੇ ਹਾਂ ਕਿ ਸਾਡਾ ਰੋਟੀ ਪਾਣੀ ਤਾਂ ਬਣਦਾ ਜੇ ਸਾਨੂੰ ਦੋ ਭਰਾਵਾਂ ਜੇ ਇੱਕ ਨੂੰ ਨੌਕਰੀ ਦਿੱਤੀ ਜਾਵੇ ਕੋਈ ਇਹਨਾਂ ਦੀ ਮਾਲੀ ਸਹਾਇਤਾ ਮਤ ਕੀਤੀ ਜਾਵੇ ਜਿਹੜਾ ਕਿ ਆਪਣਾ ਰੋਟੀ ਪਾਣੀ ਇਹਨਾਂ ਨੂੰ ਦੇ ਸਕੀ ਵੀ ਜੀ ਕਿੰਨੀ ਕੁ ਪੈਲੀ ਤੁਹਾਡੀ ਸਾਡੇ ਕੋਲ ਭਾਜੀ 2 ਕਿੱਲੇ ਥਾਂ ਸਰ ਉੱਥੋਂ ਹੀ ਪਰਿਵਾਰ ਦਾ ਗੁਜ਼ਾਰਾ ਹੁੰਦਾ ਜੀ ਸਾਡੇ 10 ਜੀ ਅਸੀਂ ਖਾਣ ਵਾਲੇ ਭਾਜੀ 6-3 ਇਹ ਤੇ 3 ਮੇਰਾ ਬੱਚਾ ਤੇ ਘਰ ਦੀ ਤੇ 4 ਮੇਰੇ ਹਜ਼ਾਰ ਜ਼ਿਆਦਾ ਭਰਾ ਘਰ ਦੀ 2 ਬੱਚੇ ਤੇ ਆਪ ਕੋਈ ਪੈਨਸ਼ਨ ਲੱਗੀ ਸਰਕਾਰ ਨੂੰ ਪੈਨਸ਼ਨ ਇਹਨਾਂ ਦੀ ਭਾਜੀ ਅਸੀਂ ਭੱਜ ਨੱਸ ਕੇ ਸਾਡੇ ਪੰਚਾਇਤ ਵਾਲਿਆਂ ਨੇ ਕਰ ਕਤਰ ਕੇ ਲਵਾਈ ਦੋ ਭੈਣ ਭਰਾ ਨੇ 750 ਤੇ ਸਾਡੀ ਮਾਤਾ ਦੀ ਵਿਧਵਾ ਪੈਨਸ਼ਨ ਲੱਗੀ 700 ਉਹ ਹੁਣ ਮਾਤਾ ਦੀ ਕੱਟੀ ਗਈ ਹੈ ਜੇ ਉਹਨਾਂ ਦੀ 2 ਲੱਗੀ ਹੈ ਜੇ ਕੀ ਮੰਗ ਕਰਦੇ ਹੋ ਇਹਨਾਂ ਦੀ ਪੈਨਸ਼ਨ ਕੋਈ 2000 ਮਹੀਨੇ ਦੀ ਕੋਈ 3 ਲੱਗੇ ਜਿਹੜਾ ਕੋਈ ਇਹਨਾਂ ਦਾ ਦਵਾ ਦਾਰੂ ਕੋਈ ਰੋਟੀ ਪਾਣੀ ਕੀਤਾ ਜੋ ਤੁਹਾਨੂੰ ਪਤਾ ਹੈ 2 ਕਿੱਲਿਆਂ ਤੋਂ ਤਾਂ ਸਾਡਾ ਰੋਟੀ ਪਾਣੀ ਵੀ ਨਹੀਂ ਹੁੰਦਾ ਅਸੀਂ ਦਿਹਾੜੀ ਤਾਂ ਪਰਾ ਦੇਣੇ ਕਰਦੇ ਹਾਂ ਮਾਤਾ ਜੀ ਕੀ ਨਾਂ ਤੁਹਾਡਾ ਸਿਮਰਜੀਤ ਮਾਤਾ ਜੀ ਤੁਸੀਂ ਕਿਹੜਾ ਪਿੰਡ ਤੁਹਾਡਾ ਬਲੇਰ ਮਾਤਾ ਜੀ ਕੀ ਗੱਲ ਹੋਈ ਹੈ ਤੁਸੀਂ ਆਪਣੀ ਇੱਕ ਧੀ ਨੂੰ ਇੱਕ ਪੁੱਤ ਨੂੰ ਸੰਗਲ ਮਾਰ ਕੇ ਰੱਖਿਆ ਹੋਇਆ ਕੀ ਗੱਲ ਹੈ ਸਾਡੀ ਨੌਬਤ ਆ ਗਈ ਸੰਗਲ ਮਾਰ ਕੇ ਰੱਖਣਾ ਪੈਣਾ ਪੈ ਰਿਹਾ ਬੱਚਿਆਂ ਨੂੰ ਗੱਲ ਕੀ ਹੋਈ ਮਾਤਾ ਜੀ ਤੁਹਾਡੇ ਨਾਲ ਗੱਲ ਇਤਨੇ ਰਾਤ 25-30 ਜਾਣੇ ਸੀ ਕੋਈ ਸਮਝ ਨਹੀਂ ਆਈ ਘੇਰਾ ਹੀ ਹੈਲੀ ਨੂੰ ਗਾਇਰ ਨੂੰ ਪਾ ਕੇ ਅੰਨੇਵਾ ਗੋਲੀ ਚਲਾਉਣ ਡੇ ਪਏ ਅਤੇ ਉਹਨਾਂ ਦੇ ਪਿਓ ਇਹਨਾਂ ਨੇ ਕੋਠੇ 'ਤੇ ਸੁੱਤਾ ਸੀ ਉਹਨੇ ਮਗਰਲੇ ਬੰਨੇ ਛਾਲ ਮਾਰੀ ਅਤੇ ਇੱਕ ਉਹਦੀ ਗੋਲੀ ਲੱਗ ਗਈ ਆ ਇੱਥੇ ਲੱਗੀ ਆ ਕਹਿੰਦੇ ਮਗਰ ਵਾਲੀ ਜਾਣ ਔਰ ਅਗਲੇ ਦਿਨ ਝੋਨੇ ਤੋਂ ਲਾਸ਼ ਲੱਗੀ ਅੱਤਵਾਦੀ ਸੀ ਪਤਾ ਹੀ ਨਹੀਂ ਵੀ ਜਿਹੜੇ ਕਿਸੇ ਨੇ ਦੱਸ ਕੀ ਪਤਾ ਲੱਗਦਾ ਸਾਹੀ ਤਾਂ ਡਰਦੇ ਸਾਨੂੰ ਤਾਂ ਇੱਥੇ ਠੰਡ ਪੜਨੀ ਸੀ ਧਰਮ ਦਿੰਦੇ ਤੁਸੀਂ ਘਰੋਂ ਵੀ ਡਰਦੇ ਮੁੜ ਕੇ ਚਲੇ ਗਏ ਭੋਗ ਪਵਾ ਕੇ ਬਾਬੇ ਪਾ ਲਾ ਹੁਣ ਗੁਰਦੁਆਰੇ ਆ ਉਹਨੇ ਆਖਿਆ ਵੀ ਮੈਂ ਇੱਥੇ ਰਹਿੰਦਾ ਲਵੇਰੇ ਹੁੰਦੇ ਆ ਤਾਂ ਕੋਈ ਨਹੀਂ ਆਉਂਦਾ ਤਾਂ ਤੁਸੀਂ ਘਰੇ ਪਾਠ ਕਰੋ ਔਰ ਫਿਰ ਅਸੀਂ ਘਰੋਂ ਹੀ ਚਲੇ ਗਏ ਅਸੀਂ ਤਾਂ ਕਦੀ ਕਿਤੇ ਧੱਕੇ ਕਦੀ ਕਿਤੇ ਧੱਕੇ ਭੈਣ ਭਰਾਵਾਂ ਕੋਲੇ ਉਦੋਂ ਕਿੰਨੀ ਉਮਰ ਸੀ ਇਹਨਾਂ ਬੱਚਿਆਂ ਦੀ ਮਾਤਾ ਉਦੋਂ 6-7 ਸਾਲ ਇੱਕ ਦਾ 5 ਸੀ ਆ ਕੁੜੀ 5-7 ਸਾਲ ਦੀ ਆ 2 ਸਾਲ ਵੱਡਾ ਉਦੋਂ ਸਹੀ ਸੀ ਜਦੋਂ ਤੁਹਾਡੇ ਨਾਲ ਘਟਨਾ ਵਾਪਰੀ ਉਸ ਤੋਂ ਬਾਅਦ ਸਹੀ ਸੀ ਬੜੇ ਸੋਹਣੇ ਹੁੰਦੇ ਨਿੱਕੇ ਨਿੱਕੇ ਇੱਥੇ ਜਦੋਂ ਪਹਿਲਾਂ ਉਹ ਕਮਰਾ ਆਇਆ ਕਿ ਪਾਇਆ ਸੀ ਉਦੋਂ ਇਹ ਵਰੋੜੇ ਆਪ ਨਾਲ ਇਹਨੇ ਕਿਤੇ ਫੜਾਉਣੇ ਨਿੱਕੇ ਜਿਹੇ ਨੇ ਥਾਲਾਂ ਚ ਪਾ ਪਾ ਕੇ ਬੜੇ ਸੋਹਣੇ ਸੀ ਅਤੇ ਉਹ ਮੁੰਨੀ ਮੁੰਨੀ ਕਿੱਧਰ ਗਿਆ ਇਹੋ ਜਿਹੀਆਂ ਗੱਲਾਂ ਕਰੀ ਜਾਂਦਾ ਕੋਈ ਸਮਝ ਹੀ ਨਹੀਂ ਆਉਂਦੀ ਬੋਲਦਾ ਕੀ ਮੰਗ ਕਰਦੇ ਜਾਂ ਸੰਤਾਂ ਨੇ ਇਹਨਾਂ ਨੂੰ ਨੌਕਰੀ ਕਿਸੇ ਨੂੰ ਮਿਲ ਜੇ ਜਾਂ ਦੋ ਜੀ ਨੂੰ ਮਿਲ ਜੇ ਉਹ ਭਰਾ ਦੀ ਘਰ ਦੀ ਮਿਲ ਜੇ ਕਿਹਨੂੰ ਮਿਲ ਜੇ ਚੱਲ ਇਹਨਾਂ ਨੂੰ ਰਾਜ ਮਿਲ ਕੇ ਸਾਂਭਣ ਅਤੇ ਆਪ ਤੋਂ ਇੱਥੋਂ ਨੂੰ ਸਾਂਭ ਵੀ ਨਹੀਂ ਜਾਂਦੇ ਮੈਂ ਇੱਥੋਂ ਵੀ ਰੁੱਟ ਕੇ ਨਹੀਂ ਤੁਰਿਆ ਜਾਂਦਾ।